सत श्रीकाल जी, ਤੁਹਾਡਾ ਸਾਡੇ ਚੈਨਲ 'ਤੇ ਸਵਾਗਤ ਹੈ। ਤੇ ਅੱਜ ਅਸੀਂ ਤੁਹਾਡੇ ਵਾਸਤੇ ਨਵੀਆਂ 5 ਅਪਡੇਟ ਲੈ ਕੇ ਆਏ ਆ। ਪਲੀਜ਼ ਵੀਡੀਓ ਨੂੰ ਪੂਰਾ ਦੇਖਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਪਹਿਲਾਂ ਗੱਲ ਕਰਾਂਗੇ ਪੰਜਾਬੀ ਮੂਵੀ ਬਿਨਾ ਬੈਂਡ ਚੱਲ ਇੰਗਲੈਂਡ। ਇਸ ਮੂਵੀ ਦੇ ਵਿੱਚ ਰੋਸ਼ਨ ਪ੍ਰਿੰਸ ਦੇ ਨਾਲ ਸਕਰੀਨ ਸ਼ੇਅਰ ਕਰਨਗੇ ਸਹਿਰਾ, ਜੋ ਇਸ ਮੂਵੀ 'ਤੇ ਆਪਣਾ ਡੈਬਿਊ ਕਰਨ ਜਾ ਰਹੇ ਨੇ। ਇਸ ਦੇ ਅਲਾਵਾ ਗੁਰਪ੍ਰੀਤ ਘੁੱਗੀ, ਬੀਐਨ ਸ਼ਰਮਾ, ਸੁੱਖੀ ਚਹਿਲ, ਰੁਪਿੰਦਰ ਰੂਪੀ, ਹਾਰਵੀ ਸੰਘਾ, ਰਾਜ ਧਾਲੀਵਾਲ ਅਤੇ ਹੋਰ ਵੀ ਕਈ ਕਲਾਕਾਰ ਨਜ਼ਰ ਆਉਣਗੇ। ਇਸ ਮੂਵੀ ਨੂੰ ਲਿਖਿਆ ਹੈ ਰਾਜੂ ਵਰਮਾ ਨੇ, ਜੋ ਬਾਕਮਾਲ ਫਿਲਮਾਂ ਲਿਖ ਚੁੱਕੇ ਨੇ, ਅਤੇ ਇਸ ਮੂਵੀ ਨੂੰ ਡਾਇਰੈਕਟ ਕਰਨਗੇ ਸਤਿੰਦਰ ਸਿੰਘ ਦੇਵ, ਅਤੇ ਇਸ ਮੂਵੀ ਨੂੰ ਪ੍ਰੋਡਿਊਸ ਕਰਨਗੇ ਬਲਵਿੰਦਰ ਸਿੰਘ ਹੀਰ, ਰਮਨ ਪਤਲਾ, ਹਰਮਨ ਵਿਰਕ। ਇਹ ਮੂਵੀ ਸਾਨੂੰ ਸਿਨੇਮਾ ਘਰਾਂ ਵਿੱਚ ਦੇਖਣ ਨੂੰ ਮਿਲੇਗੀ 17 ਨਵੰਬਰ ਨੂੰ। ਜੀ ਹਾਂ, 17 ਨੂੰ। ਇਸ ਮੂਵੀ ਦਾ ਨੇਮ ਹੈ ਪਿੰਡ ਅਮਰੀਕਾ। ਇਹਦਾ ਇੱਕ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਮੂਵੀ ਦੇ ਵਿੱਚ ਅਮਰ ਨੂਰੀ, ਬਿੰਦਾ ਔਜਲਾ, ਬੀ ਕੇ ਸਿੰਘ ਰੱਖਾ, ਮਾਸਟਰ ਸੁਹੇਲ ਸਿੱਧੂ ਅਤੇ ਹੋਰ ਵੀ ਕਈ ਕਲਾਕਾਰ ਨਜ਼ਰ ਆਉਣਗੇ। ਜੀ ਹਾਂ, ਇਸ ਮੂਵੀ ਨੂੰ ਲਿਖਿਆ ਹੈ ਅਤੇ ਡਾਇਰੈਕਟ ਸਿਮਰਨ ਸਿੰਘ USA ਕਰਨਗੇ। ਇਸ ਮੂਵੀ ਨੂੰ ਪ੍ਰੋਡਿਊਸ ਡਾਕਟਰ ਹਰਚੰਦ ਸਿੰਘ USA ਕਰਨਗੇ। ਇਹ ਮੂਵੀ ਸਾਨੂੰ 6 ਅਕਤੂਬਰ ਨੂੰ ਸਿਨੇਮਾ ਘਰਾਂ ਵਿੱਚ ਦੇਖਣ ਮਿਲੇਗੀ। ਤੁਸੀਂ ਇਹਦਾ ਪੋਸਟਰ ਦੇਖ ਸਕਦੇ ਜੀ। ਤੀਜੀ ਮੂਵੀ ਬਾਰੇ ਗੱਲ ਕਰੀਏ, ਮੋਸਟ ਅਵਾਂਟਡ ਮੂਵੀ ਛਿੰਦਾ ਛਿੰਦਾ ਨੋ ਪਾਪਾ। ਇਸ ਦੀ 2-3 ਵਾਰ ਰਿਲੀਜ਼ ਡੇਟ ਚੇਂਜ ਹੋ ਚੁੱਕੀ ਹੈ, ਥੋੜ੍ਹੀ ਦੀ ਕਨਫਰਮ ਰਿਲੀਜ਼ ਡੇਟ ਬਾਹਰ ਆ ਗਈ ਹੈ। ਜੇ ਗੱਲ ਕਰੀਏ ਇਸ ਮੂਵੀ ਦੇ ਬਾਰੇ, ਤਾਂ ਇਸ ਮੂਵੀ ਦੇ ਵਿੱਚ ਗਿੱਪੀ ਗਰੇਵਾਲ, ਛਿੰਦਾ ਗਰੇਵਾਲ ਅਤੇ ਪੰਜਾਬੀ ਫਿਲਮਾਂ ਵਿੱਚ ਡੈਬਿਊ ਕਰਨ ਜਾ ਰਹੇ ਨੇ ਹੀਨਾ ਖਾਨ। ਇਸ ਦੇ ਇਲਾਵਾ ਜਸਵਿੰਦਰ ਭੱਲਾ, ਪ੍ਰਿੰਸ ਕਮਲਜੀਤ ਸਿੰਘ, ਹਰਦੀਪ ਗਿੱਲ, ਨਿਰਮਲ ਰਿਸ਼ੀ, ਸੀਮਾ ਕੌਸ਼ਲ ਅਤੇ ਹੋਰ ਵੀ ਕਈ ਕਲਾਕਾਰ ਨਜ਼ਰ ਆਉਣਗੇ। ਇਸ ਮੂਵੀ ਨੂੰ ਵੀ ਜਾਣੇ ਮਾਨੇ ਰਾਈਟਰ ਨਰੇਸ਼ ਕਥੂਰੀਆ ਨੇ ਲਿਖਿਆ ਹੈ, ਅਤੇ ਇਸ ਮੂਵੀ ਨੂੰ ਡਾਇਰੈਕਟ ਕਰਨਗੇ ਅਮਨਪ੍ਰੀਤ ਸਿੰਘ, GS ਚੱਡਾ, ਅਤੇ ਇਸ ਮੂਵੀ ਨੂੰ ਪ੍ਰੋਡਿਊਸ ਖੁਦ ਗਿੱਪੀ ਗਰੇਵਾਲ ਦੀ ਕੰਪਨੀ ਹੰਬਲ ਮੋਸ਼ਨ ਪਿਕਚਰਸ ਕਰਨਗੇ। ਅਤੇ ਇਹ ਮੂਵੀ ਸਾਨੂੰ ਅਗਲੇ ਸਾਲ 10 ਮਈ ਨੂੰ ਸਿਨੇਮਾ ਘਰਾਂ ਵਿੱਚ ਦੇਖਣ ਨੂੰ ਮਿਲੇਗੀ। ਜੀ ਹਾਂ, 10 ਮਈ ਨੂੰ। ਮੂਵੀ ਦਾ ਨੇਮ ਹੈ ਰੋਸੇ ਰੋਸੀ ਅਤੇ ਗੁਲਾਬ। ਜੀ ਹਾਂ, ਰੋਸੇ ਰੋਸੀ ਅਤੇ ਗੁਲਾਬ। ਇਸ ਮੂਵੀ ਦੇ ਵਿੱਚ ਗੁਰਨਾਮ ਭੁੱਲਰ ਅਤੇ ਰੁਬੀਨਾ ਦਲੈਕ ਨਜ਼ਰ ਆਉਣਗੇ। ਰੁਬੀਨਾ ਦਲੈਕ ਇਸ ਮੂਵੀ ਨਾਲ ਪੰਜਾਬੀ ਫਿਲਮਾਂ ਵਿੱਚ ਆਪਣਾ ਡੈਬਿਊ ਕਰਨਗੇ, ਅਤੇ ਇਸ ਮੂਵੀ ਨੂੰ ਜਾਣੇ ਮਾਨੇ ਰਾਈਟਰ ਪ੍ਰੀਤ ਸੰਘੇੜੀ ਨੇ ਇਸ ਮੂਵੀ ਨੂੰ ਲਿਖਿਆ ਹੈ, ਅਤੇ ਇਸ ਮੂਵੀ ਨੂੰ ਮਨਵੀਰ ਸਿੰਘ ਬਰਾੜ ਪ੍ਰੋਡਿਊਸ ਕਰਨਗੇ, ਅਤੇ ਇਸ ਮੂਵੀ ਨੂੰ ਆਸ਼ੂ ਮੁਹੀਦ ਸਹਾਨੀ ਅਤੇ ਗੁਰਨਾਮ ਭੁੱਲਰ ਖੁਦ ਇਸ ਮੂਵੀ ਨੂੰ ਪ੍ਰੋਡਿਊਸ ਕਰਨਗੇ। ਇਹ ਮੂਵੀ ਸਾਨੂੰ ਅਗਲੇ ਸਾਲ 24 ਮਈ ਨੂੰ ਸਿਨੇਮਾ ਘਰਾਂ ਵਿੱਚ ਦੇਖਣ ਮਿਲੇਗੀ। ਜੀ ਹਾਂ, ਅਗਲੇ ਸਾਲ 24 ਮਈ ਨੂੰ, ਅਤੇ ਇਸ ਤੋਂ ਪਹਿਲਾਂ ਗੁਰਨਾਮ ਭੁੱਲਰ ਦੀ ਪਰਿੰਦਾ ਪਾਰ ਗਿਆ ਇਸੇ ਸਾਲ ਸਾਨੂੰ ਦੇਖਣ ਮਿਲੇਗੀ। ਪੰਜਵੀਂ ਅਪਡੇਟ ਬਾਰੇ ਗੱਲ ਕਰੀਏ, ਤਾਂ ਇਹ ਅਪਡੇਟ ਬਹੁਤ ਵੱਡੀ ਹੈ। ਜੀ ਹਾਂ, ਕੈਰੀ ਓਨ ਜੱਟਾ 3 ਜਿਹੜੀ ਪੰਜਾਬੀ ਦੀ ਸਭ ਤੋਂ ਵੱਡੀ ਮੂਵੀ ਹੈ, ਜਿਸਨੇ 100 ਕਰੋੜ ਤੋਂ ਉੱਤੇ ਤੋਂ ਕਮਾਈ ਕੀਤੀ ਆ। ਇਸ ਮੂਵੀ ਦੀ OTT ਰਿਲੀਜ਼ ਡੇਟ ਕਨਫਰਮ ਹੋ ਗਈ ਹੈ। ਜੀ ਹਾਂ, ਇਹ ਮੂਵੀ ਸਾਨੂੰ ਚੌਪਾਲ 'ਤੇ ਦੇਖਣ ਮਿਲੇਗੀ। ਚੌਪਾਲ 'ਤੇ 7 ਸਤੰਬਰ ਨੂੰ ਦਿਨੇ 11 ਵਜੇ ਇਹ ਚੌਪਾਲ 'ਤੇ ਦੇਖਣ ਮਿਲੇਗੀ। ਅਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਅੱਗੇ ਜੋ ਵੀ ਨਵੀਆਂ ਅਪਡੇਟ ਆਉਣਗੀਆਂ ਅਸੀਂ ਤੁਹਾਨੂੰ ਅਪਡੇਟ ਕਰ ਦਾਂਗੇ। ਧੰਨਵਾਦ।